ਇਹਦੇ ਤੇ ਨਾ ਕਬੂਤਰਾਂ ਨੇ ਕੀਤੀ ਆ ਪੋਟੀ ਬਿੱਟ ਬਿੱਟ ਪੰਜਾਬੀ ਚੱਟੇ ਨਾਲ ਰੱਜਿਆ ਹੋਇਆ ਮੇਰਾ ਸ਼ੀਸ਼ਾ ਖੜਾ ਕੇ ਕਹਿੰਦਾ ਖੜਕਾ ਕੇ ਕਹਿੰਦਾ ਕਹਿੰਦਾ ਡੀ ਆਈ ਪੀ ਜਾਣਾ ਮੈਂ ਤੈਨੇ ਨੇ ਯਾਰ ਅਸੀਂ ਨਾ ਲੱਭ ਰਹੇ ਡੌਗ ਦੁਬਈ ਦੇ ਵਿੱਚ ਤੂੰ ਵੀ ਆਉਣਾ ਸੀ मैं बड़ा भाई ते छोटा भाई अपना समझ के गल छोटा भाई हो सौ कि सेहतां कि आप चले अज सवेर फिर देखूगा तो मैं फोन कट के देखना नहीं चाहता आपां कीता सी तुहानूं दस्सिया रूम अपना अपार्टमेंट शिफ्ट कीता सीगा है ना अपार्टमेंट शिफ्ट कीता उतरी आप थोड़ा बहुत समान लेना सी कारपेट वगैरह या कुछ लटरम पटरम है ना हौली हौली जो जो सारा टाइम लगता असी उदो उदो देखिए तेरे डॉग इंपोर्टेंट तो नहीं है जो जो सारा टाइम लगता करना पिछे में उदो उदो आप बाहर गेड़ा कढ़े आने जिन्ना क समान मिलता अगर असी 5% अगर 100% समान लैन जाने तो असीं विच्चों 5% लेके आने बाकी भुल जाने आ ते यानी कि साडा सारा समान पिया ही आ हाले अजे तक ते कम्मां कारां विच्चों छड्ड के असीं जा नहीं सकदे उह साडे लई इंपोर्टेंट आ सब तों ज्यादा साडे कम्मकार ही ने टाइम नहीं लगदा ते टाइम नहीं हैगा टाइम दे करके सतों घर दा समान पूरा नहीं हो रहा बुढ़िया तों जा नहीं होणगा क्योंकि उहनां नूं पता ही लगणा जा असीं सकदे आ गड्डियां च है ना ते अज चले असीं समान लैण थोड़ा जिहा फेस पतला हो गया कर लांगे हौली हौली कर लांगे गेम हाथ चाहुंदी जांदी आ ਟੱਕ 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 ਗੱਡੀ ਵੱਜਦੀ ਹੈ ਤੇ ਮਾਹੌਲ ਇਦਾਂ ਤੇ ਆਉਂਦਾ ਵੇ ਆ ਜੀ ਅਸੀਂ ਚੱਲਿਆ ਸੀ ਸ਼ਾਰਜਾ ਸ਼ਾਰਜਾ ਕਿਹੜਾ ਮਾਲ ਸਫਾਰੀ ਮਾਲ ਅਸੀਂ ਸੁਣਿਆ ਸੀ ਉੱਥੇ ਆਫਰ ਲੱਗਿਆ ਵਧੀਆ 50% ਆਫਰ ਚੱਲਦਾ ਦੇਖਦੇ ਸਾਨੂੰ ਉੱਥੇ ਸਾਡੇ ਹਿਸਾਬ ਦਾ ਕੀ ਮਿਲਦਾ ਠੀਕ ਹੈ ਘਰ ਦਾ ਸਮਾਨ ਇੱਕ ਡੌਗ ਲੈਣ ਦੀ ਸੋਚ ਰਿਹਾ ਦੁਬਈ ਦੇ ਵਿੱਚ ਤੁਸੀਂ ਸਾਨੂੰ ਦੱਸਿਓ ਵੀ ਕਿਹੜਾ ਡੌਗ ਲੈ ਜਾਣਾ सुना यार कोई गल वास नहीं टोरांटो इधर नू आ रही है माहौल पंजाब का माहौल कितना ठीक है वधिया है ना माहौल दिखाने की सस्ता जा महंगा अफवाह बनाई हुई मैं फड़ा निकल जाना तेरी चार दार गड्डिया फिर लग जाने दो मिनट अरे नहीं यार तो भी असि आ गए सफारी मॉल से देखते अंदर माहौल कि चलो फिर लेके चलिए अंदर हाँ भाई लॉबी
ਦੋਸਤੋ ਆਪਾਂ ਆ ਗਏ ਆ ਸੈਕੰਡ ਫਲੋਰ ਤੇ ਹੁਣ ਚੱਲੇ ਆ ਆਉਂਦਾ ਵੇ ਦੇ ਦਿਆ ਤੁਹਾਨੂੰ ਮਾਹੌਲ ਕੀ ਕਰਦਾ ਕੀ ਮਿਲਦਾ ਹੋਮ ਫਰਨੀਚਰ ਦੇ ਵਿੱਚ ਸਸਤਾ ਸਾਰੀ ਮਾਹੌਲ ਦੇ ਵਿੱਚ ਬਾਕੀ ਯਾਰ ਇਹ ਗੱਲ ਮੈਂ ਹੋਰ ਦੇਖੀ ਆ ਜਿਹੜੀਆਂ ਟਿਕਟੋਕ ਦੀਆਂ ਆਫਰਾਂ ਨਾ ਉਹ ਸਾਰੀ ਜਾਲੀ ਹੁੰਦੀਆਂ ਜਮਾਂ ਜਾਲੀ ਹੁੰਦੀਆਂ ਯਾਰ ਟੈਂਟ ਤਾਂ ਆਪਣੇ ਕੋਲ ਹੈਗਾ ਯਾਰ ਘਰੇ ਕਾਪਬੋਰਡ ਦਿਖਾਈ ਹੋਣੀ ਤੈਨੂੰ ਬਾਈ ਜ਼ੂਮ ਕਰਕੇ ਵੱਡੀ ਹੀ ਲੱਗਦੀ ਪੂਰੀ ਚਲ ਬਾਕੀ ਦੇਖਦੇ ਆ ਮਿਲਦਾ ਕੁਛ ਕੁ ਨਹੀਂ ਮੈਟਰਸ ਹੈ ਹਮਾਰੇ ਪਾਸ ਆਫਰ ਤਾਂ ਹੈ ਜਿਹੜੇ ਹਿਸਾਬ ਨਾਲ ਅਸੀਂ ਸੋਚ ਕੇ ਆਏ ਸੀਗੇ ਠੀਕ ਹੈ ਅਤੇ ਚੀਜ਼ ਲੱਭਣੀ ਪੈ ਰਹੀ ਆ ਜੋ ਆਪਣੇ ਬਜਟ ਦੇ ਵਿੱਚ ਆ ਗਿਆ ਇਹਨਾਂ ਤੋਂ ਪੁੱਛ ਲੈਣਾ ਡਰੈਸਿੰਗ ਟੇਬਲ ਦੇਖਣ ਜਾ ਰਹੇ ਸਾਡਾ ਬੰਦਾ ਘੁੰਮ ਜਾਂਦਾ ਵਾਰੀ ਵਾਰੀ ਸਮਾਨ ਤਾਂ ਸਿਲੈਕਟ ਹੋ ਰਿਹਾ ਯਾਰ ਹੈ ਨਾ ਅਤੇ ਫਿਰ ਦੇਖਦੇ ਕੱਟਣ ਗਏ ਦੇ ਰਹੇ ਉਹਨੂੰ ਮਿਲੋ ਉਹਨੂੰ ਉਹ ਟੱਕਰ ਗਿਆ ਉਹਦੀ ਕੈਟਾਗਰੀ ਵਾਲਾ ਟੱਕਰ ਗਿਆ ਲੈ ਲਾ 39 ਕੀ ਆਫਰ ਚੱਲ ਰਿਹਾ ਕਾਟਨ ਤੇ 60 ਦੇ ਦੋ ਆਪਣੇ 80 ਦੇ ਦੋ ਕਹਿੰਦੇ ਆ 60 ਦੇ ਦੋ ਉਹ 80 ਦੇ ਦੋ ਉਹ ਲੈ ਲੈਣੇ ਆ ਕਾਲੇ ਲਈ ਡਾਹ ਸਿੰਪਲ ਸੇਮ ਕਲਰ ਲੌਬੀ ਬਾਹਰ ਲੱਗੇ ਸੋਹਣੇ ਲੱਗਣਗੇ ਇਹ ਹੈ ਨਾ ਦੋ ਨਾ ਸਰ ਜੂ ਨਾ ਹੈ ਦੋ ਨਾ ਸਰ ਜਾਣਾ ਹਾਂ ਠੀਕ ਆ ਮੈਨੂੰ ਸਿਲੈਕਟ ਆ ਵਧੀਆ ਹਾਂ ਹਾਂ ਸਰ ਜਾਣਾ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਇਹ ਹੈਗਾ ਜੀ 39 ਦਾ ਇੱਕ ਪੀਸ ਆ ਇੱਥੋਂ ਆਪਾਂ ਦੋ ਚੱਕ ਲਏ ਨੇ ਠੀਕ ਆ ਇਹ ਵੀ ਆਫਰ ਦੇ ਵਿੱਚ ਆ ਆਹ ਪੈਣਾ ਲਾਟ 119 ਦੇ ਸੀਗੇ ਪਹਿਲਾਂ ਨਹੀਂ ਹੁਣ ਕੀ ਚੱਕਿਆ ਤੂੰ ਜਾਵਾਂਗੇ ਉੱਥੇ ਜਿਹੜੀ ਤੈਨੂੰ ਮੈਂ ਵੀਡੀਓ ਭੇਜੀ ਨਾ ਉੱਥੇ ਜਾਵਾਂਗੇ ਕਿਚਨ ਲਈ ਸਰੀ ਮਾਂ ਨਹੀਂ ਸਹੀ ਲੱਗਣਾ ਕਿਚਨ ਲਈ ਉਹੋ ਜਿਹਾ ਵੂਲ ਉਹ ਵਾਲਾ ਜਾਂ ਫਿਰ ਵਾਲਾ ਕਿੰਨੇ ਦਾ ਬਜਟ ਬਣ ਗਿਆ ਬਾਈ ਹਜ਼ਾਰ ਦਾ ਹਜ਼ਾਰ ਜਾਊ ਹਾਂ ਹਜੇ ਆਪਣੀ ਕੱਪਬੋਰਡ ਨਹੀਂ ਆਈ ਹਾਲੇ ਕੱਪਬੋਰਡ ਨਹੀਂ ਆਈ ਹੈ ਨਾ ਅਲਮਾਰੀ ਨਹੀਂ ਆਈ ਹਲੇ ਬੈੱਡ ਸ਼ੈੱਡ ਆਇਆ ਅਤੇ ਲਟਰਮ ਪਟਰਮ ਆਇਆ ਹਜ਼ਾਰ ਦਰਾਮ ਲੱਗੂਗਾ ਕਿਉਂਕਿ ਉੱਥੇ ਫਰੀ ਡਿਲੀਵਰੀ ਆ ਅਸੀਂ ਫਰੀ ਡਿਲੀਵਰੀ ਕਰਕੇ ਹਜ਼ਾਰ ਕਰ ਦੇਣਾ ਪੂਰਾ ਬਾਈ ਜੇ ਨਹੀਂ ਲਾਇਆ 100 ਰੁਪਏ ਦਰਾਮ ਉੱਤੇ ਲੈਣਗੇ ਆਪਣਾ 50 ਰੁਪਏ ਪਿੱਛੇ ਵੱਜ ਰਿਹਾ ਉਹ ਫਿਰ ਇਹਨਾਂ ਨੂੰ ਕਿਉਂ ਦੇਣੇ ਆਪਾਂ ਸਹੀ ਹੈ ਆਫਰ ਹੈਗੇ ਆ ਮਾਤਾ ਤੁਹਾਨੂੰ ਚੀਜ਼ ਲੱਭਣੀ ਪੈਂਦੀ ਆ ਆਫਰ ਦੇ ਵਿੱਚ ਮਿਲ ਸਕਦੀ ਆ ਅਤੇ ਅਗਰ ਤੁਸੀਂ ਆਓ
ਅਸੀਂ ਵੀ ਵੀਡੀਓ ਦੇਖ ਕੇ ਆਏ ਸੀਗੇ ਉਹ ਚੀਜ਼ ਮਿਲ ਗਈ ਸਾਨੂੰ ਜੋ ਸਾਨੂੰ ਮੇਨ ਚਾਹੀਦੀ ਸੀ ਬਾਕੀ ਦੇਖਦੇ ਹਾਂ ਹੈ ਆਹ ਮਹਿੰਗਾ ਪੈ ਰਿਹਾ ਸੀ ਉਹੀ ਅਸੀਂ ਦੋ ਲੈ ਲਈਆਂ ਇਹੀ ਬਜਟ ਦੇ ਵਿੱਚ ਆਪਾਂ ਇਹ ਦੋ ਸਾਡੇ ਕੰਮ ਆ ਜਾਣਗੇ 31st ਨੂੰ ਆਪਾਂ ਫਿਰ ਪਾਰਟੀ ਵੀ ਕਰਨੀ 31st ਨੂੰ ਆਪਾਂ ਪਾਰਟੀ ਹੌਲੀ ਹੌਲੀ ਹੋਊਗਾ ਜੋ ਸਾਡੇ ਕੋਲ ਸਮਾਨ ਇਕੱਠਾ ਹੋਊਗਾ ਮਤਲਬ ਜਦੋਂ ਸਾਡੇ ਕੋਲ ਟਾਈਮ ਹੋਊਗਾ ਸਹੀ ਚੱਲੀਏ ਫਿਰ ਆਪਾਂ ਕਰਾਈਏ ਲੋਡ ਅਲਮੀਰਾ ਰਹਿੰਦੀ ਆ ਉਹ ਨੈਕਸਟ ਰਾਊਂਡ ਤੇ ਹੋਰ ਕੀ ਰਹਿੰਦਾ ਕਾਰਪੇਟ ਰਹਿੰਦੇ ਉੱਥੇ ਪਏ ਤਾਂ ਹੈਗਾ ਲੇਕਿਨ ਸਾਨੂੰ ਪਸੰਦ ਨਹੀਂ ਆਏਗਾ ਮਹਿੰਗੇ ਬਾਹਲੇ ਆ ਚਲੀਏ ਇੱਕ ਹੋਰ ਵੀਡੀਓ ਦੇਖੀ ਆਪਾਂ ਜਿਹਦੇ ਵਿੱਚ ਸਸਤੇ ਆ ਤਾਂ ਕਰਕੇ ਅਸੀਂ ਡਾਊਟ ਚ ਆ ਗਏ ਨਿਬੜ ਗਿਆ ਨਿਬੜ ਗਿਆ ਯਾਰ ਬਾਕੀ ਸਮਾਨ ਉੱਧਰ ਪਿਆ ਇਹ ਆਪਾਂ ਲੈ ਜਾਣਾ ਉਹਨੂੰ ਯੈਸ ਬਰਾਦਰ ਪੈਸੇ ਦੇ ਰਿਹਾ ਪੈਸੇ ਤੂੰ ਪਾਲਾ ਯਾਰ ਇਹ ਨਿੱਕੀਆਂ ਮੋਟੀਆਂ ਚੀਜ਼ਾਂ ਨੇ ਇਹ ਖਤਮ ਕਹਾਣੀ ਅਰੇ ਇਹਦੇ ਵਿੱਚ ਲਾਦਾ ਮੈਂ ਵੇਟ ਰਿਡਿਊਸ ਕਰ ਲਿਆ ਮੈਂ ਵੀ ਕਰ ਲਿਆ ਕੈਮਰੇ 'ਚ ਮੂੰਹ ਕਿਉਂ ਨਹੀਂ ਛੋਟਾ ਜਦੋਂ ਮੈਂ ਦੂਰ ਕਰਕੇ ਫੜਿਆ ਹੁੰਦਾ ਫੇਰ ਆਉਂਦਾ ਤੂੰ ਫੜਿਆ ਕਰ ਚੰਗਾ ਚੱਲ ਠੀਕ ਹੈ ਰੂਮਾਂ ਦੀਆਂ ਸੈਟਿੰਗਾਂ ਚੱਲਦੀਆਂ ਸਾਡੀਆਂ ਸਮਾਨ ਸਾਡੇ ਹੱਥ 'ਚ ਇਹੀ ਆ ਕਿਹੜੀ ਪੀ ਆਰ ਪੀ ਕਹਿੰਦਾ ਤੂੰ ਚੱਪਲਾਂ ਬਹੁਤ ਸਲਿਪ ਕਰਦੀ ਲੈ ਵੀ ਮਿੱਤਰੋ 1000 ਦਰਾਮ ਨੂੰ ਸੁੱਕ ਲਾ ਜਾਂਦਾ ਆਪਾਂ 1042 ਹੈਂ ਗੱਲ ਤਾਂ ਕੋਈ ਵੱਡੀ ਨਹੀਂ ਹੈਗੀ ਲੇਕਿਨ ਤੁਸੀਂ ਕਹੋਗੇ ਐਵੇਂ ਚੌੜ ਕਰਦਾ ਇਹ ਜੋ ਖਰਚਾ ਆਇਆ ਆਪਣਾ ਚੌੜ ਨਹੀਂ ਤਾਂ ਸਸਤੇ 'ਚ ਲੈ ਕੇ ਆਉਂਦਾ ਆਪਦੇ ਹਿਸਾਬ ਨਾਲ ਤਾਂ ਸਸਤੇ 'ਚ ਚੱਕਿਆ ਇਹ ਆਪਾਂ ਤਾਂ ਬਜਟ 'ਤੇ ਲਿਆਉਂਦਾ ਵਧੀਆ ਹੁਣ ਸਮਾਨ ਰਹਿੰਦਾ ਲੱਗ ਜਾਣਾ ਬਾਈ ਹਜੇ ਵੀ 500-700 ਉੱਪਰ 500-700 ਲੱਗ ਜਾਣਾ ਉੱਪਰ ਆਪਣੇ 500-700 ਲੱਗ ਜਾਣਾ ਆਪਣਾ ਹਲੇ ਹੋਰ ਇੰਨਾ ਕੁ ਤਾਂ ਜਾਇਜ਼ ਹੈ ਤੇ ਲੇਕਿਨ ਸਾਡੇ 'ਚ ਇੱਕ ਗੰਦੀ ਆਦਤ ਆ ਪੁਰਾਣੇ ਘਰ ਦਾ ਸਮਾਨ ਨਾ ਤਾਂ ਅਸੀਂ ਸੈਕਿੰਡ ਹੈਂਡ ਮਤਲਬ ਉਹਦੀ ਐਡ ਪਾਉਂਦੇ ਹਾਂ ਸਿਰਫ ਪਾਉਣ ਦੇ ਕਰਕੇ ਕੋਈ ਵੀ ਸਮਾਨ ਹੁੰਦਾ ਸਾਡਾ ਉਹਨੂੰ ਅਸੀਂ ਉਹੀ ਅਪਾਰਟਮੈਂਟ 'ਚ ਛੱਡ ਕੇ ਆ ਜਾਂਦੇ ਹਾਂ ਨਹੀਂ ਮੈਂ ਸਿਲੰਡਰ ਵੇਚਦੇ ਸੀ ਇਸ ਵਾਰ ਜੰਗ ਜਿੱਤੀ ਫਿਰਦਾ ਸਿਲੰਡਰ ਵੇਚ ਕੇ ਕਿੰਨੇ 150 ਦੇ ਵੇਚਤੇ ਦੋ 150 ਦੇ ਵੇਚੇ ਕਿੰਨੇ ਪੁਰਾਣੇ ਪਏ ਤਾਂ 4 ਸਾਲ ਪੁਰਾਣੇ ਪਏ ਸੀ ਲੈਂਦੇ ਆ ਉਹ ਸਾਡੇ ਤੋਂ ਹਾਂ ਉਮੀ ਰੱਖਿਆ ਤੇ ਐਵੇਂ ਕਿਹੜੀ ਸੀ ਕਰਦਾ ਸੀ ਉਹਨਾਂ ਨੂੰ ਬਾਕੀ ਸਮਾਨ ਯਾਰ ਹੁਣ ਸਿੱਟਣਾ ਹੀ ਹੁੰਦਾ ਲੈਣਾ ਵੀ ਕਿਉਂ ਰੱਖੀ ਰੱਖ ਜਿੰਨੀ ਦੇਰ ਕੋਈ ਆਉਂਦਾ ਨਹੀਂ ਜਗ੍ਹਾ ਅੱਗੇ ਨਹੀਂ ਹੁੰਦੀ ਹਾਂ ਤਾਂ ਬੰਦਾ ਕੀ ਕਰੇ ਚਲੋ ਵੀ ਦੋਸਤੋ ਹੁਣ ਮਿਲਦੇ ਆਪਾਂ ਘਰੇ ਜਾ ਕੇ ਸਫੀਰ ਮੋਲ ਦਾ ਤੁਹਾਨੂੰ ਗੇੜਾ ਕਢਾ ਦਾ
ਠੀਕ ਆ ਅੱਜ ਦਾ ਇਹੀ ਬਜਟ ਸੀਗਾ ਇਹੀ ਕੰਟੈਂਟ ਸੀ ਆਪਣਾ ਔਰ ਆਫਰ ਚੱਲ ਰਿਹਾ ਵਾ 31 ਦਸੰਬਰ ਤੱਕ ਆਫਰ ਆ ਇਹ ਉਸ ਤੋਂ ਪਹਿਲਾਂ ਆਉਣਾ ਸੀਗਾ ਮੈਂ ਸੁੱਤਾ ਪਿਆ ਸੀ ਮੈਂ ਇਹ ਠਾਲ ਕੇ ਲਿਆਇਆ ਮੈਂ ਕਿਹਾ ਜ਼ਰੂਰੀ ਵੀ ਆ ਆਪਾਂ ਨੂੰ ਠੀਕ ਹੈ ਜੀ ਚਲੋ ਹੁਣ ਆਪਾਂ ਮਿਲਦੇ ਹਾਂ ਘਰੇ ਆ ਕੇ ਅੱਜ ਕੱਲ੍ਹ ਅਸੀਂ ਭੌਂਕਣਾ ਘੱਟ ਕੀਤਾ ਹੋਇਆ ਅਸੀਂ ਆਪਦੇ ਜਜ਼ਬਾਤਾਂ 'ਤੇ ਕੰਟਰੋਲ ਕੀਤਾ ਹੋਇਆ ਤਾਰੀ ਜਾਣਾ ਕਿੱਧਰ ਤਾਰੀ ਲੈ ਚੱਲ ਸੱਜੇ ਨੂੰ ਫਿਰ ਮੈਂ ਕਹਿੰਦਾ ਦੋ ਵੇ ਉੱਧਰ ਨੂੰ ਆਏ ਸੀ ਆਪਾਂ ਇੱਧਰ ਨੂੰ ਲੈ ਚੱਲ ਔਰ ਅਤੇ ਇੱਦਾਂ ਕਹਾਣੀ ਆ ਫਿਰ ਚਲੋ ਵੀ ਮਕਣੋ ਅਤੇ ਮਿਲਦੇ ਹਾਂ ਤੁਹਾਨੂੰ ਘਰੇ ਆ ਕੇ ਆਹੋ ਤਾਂ ਸਕੂਲ ਆ ਗਿਆ ਬਬਾਸ ਲਓ ਵੀ ਬੇਲੀਓ ਆਪਾਂ ਆ ਗਿਆ ਹੁਣ ਘਰੇ ਪਾਰਕਿੰਗ 'ਚ ਗੱਡੀ ਲਾ ਦੀ ਆ ਮਤਲਬ ਲੱਗ ਗਈ ਰਹੀ ਆਲਮੋਸਟ ਅਤੇ ਉਹ ਖੜੀ ਆਪਣੀ ਦੂਜੀ ਤੁਹਾਨੂੰ ਮਿਲਾਂਗੇ ਹੁਣ ਅਸੀਂ ਨੈਕਸਟ ਵਲੌਗ ਦੇ ਵਿੱਚ ਸਮਝ ਗਏ ਇਹ ਸੀ ਇਹ ਸਪੈਸ਼ਲ ਤਾਂ ਸੀਗਾ ਵੀ ਕਦੇ ਕਿਸੇ ਨੂੰ ਇੱਥੇ ਦੁਬਈ ਦੇ ਵਿੱਚ ਕਿਸੇ ਨੇ ਫਰਨੀਚਰ ਫਰਨੂਚਰ ਤਾਂ ਔਫਰ ਸ਼ੋਫਰ ਚੱਲਦੇ ਰਹਿੰਦੇ ਆ ਦਿਨ ਦੋ ਰਹਿ ਗਏ ਨੇ ਉਦੋਂ ਬਾਅਦ 'ਚ ਔਫਰ ਖਤਮ ਹੋ ਜਾਣੇ ਆ ਠੀਕ ਆ ਨਾ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਬਾਸ ਚੱਲੀਏ ਫਿਰ ਹੁਣ ਚੱਕਣਾ ਸੀ ਜਹਾਜ਼ ਚਲੋ ਜੀ ਵਲੌਗ ਦਾ ਐਂਡ ਕਰਤਾ ਸੀਗਾ ਆਪਾਂ ਲੇਕਿਨ ਹੁਣ ਅਸੀਂ ਫਿਰ ਚੱਲੇ ਹਾਂ ਵਾਪਸ ਚਲੋ ਜਾ ਕੇ ਪਿੱਛੇ ਬਹਿ ਜਾ ਬੇਟਾ ਲਾਕੇ ਨੂੰ ਪਿੱਛੇ ਬਿਠਾ ਦਈਏ ਅਤੇ ਹਾਂ ਯਾਰ ਮੈਂ ਸੁੱਖ ਨਾਲ ਹੋ ਗਿਆ ਹਾਂ ਲਓ ਵੀ ਬਹਿ ਗਏ ਆਪਾਂ ਗੱਡੀ 'ਚ ਝੋਟੀ ਅਤੇ ਸ਼ੋਫਾ ਦਾ ਯਾਨੀ ਚਲੋ ਰੱਬ ਸਾਰਿਆਂ ਨੂੰ ਅਲਹਮਦੁਲਿਲਾ ਸਮੰਦ ਨਹੀਂ ਕਰੇ ਸਾਰੀ ਚੀਜ਼ 'ਚ ਹੈ ਨਾ ਆਹ ਈਅਰ ਦੇ ਐਂਡ 'ਚ ਤੂੰ ਮੈਨੂੰ ਫਿਰ ਈਅਰ ਦੇ ਐਂਡ 'ਚ ਨਹੀਂ ਅੱਧ 'ਚ ਤੂੰ ਰੇਂਜ ਰੋਵਰ ਲੈਣੇ ਆਇਆ ਠੀਕ ਹੈ ਪੱਕੀ ਫਿਕਸ ਹੋ ਗਈ ਰੇਂਜ ਰੋਵਰ ਲੈਣੀ ਆ ਜੁਲਾਈ ਮਹੀਨੇ 'ਚ ਨਹੀਂ ਜੁਲਾਈ ਤੋਂ ਬਾਅਦ ਜੁਲਾਈ ਤਾਂ ਆਪਾਂ ਜਾਣਾ ਆਉਣਾ ਇੰਡੀਆ ਤੋਂ ਬਾਅਦ ਆ ਕੀ ਪਲਾਨ ਬਣਦਾ ਇੰਡੀਆ ਜਾਣ ਦਾ ਲੇਕਿਨ ਲੱਗਣੇ ਆ ਟਾਈਮ ਫਿਕਸ ਕਰ ਰਹੇ ਹਾਂ ਇਹਨੇ ਇੱਕ ਵਾਰੀ ਜਾਣਾ ਮੈਂ ਦੋ ਵਾਰੀ ਚਲੇ ਜਾਣਾ ਮੈਂ ਜਾਂਦਾ ਹੀ ਨਹੀਂ ਹੁੰਦਾ ਬਹੁਤ ਟਾਈਮ ਬਾਅਦ ਜਾਣਾ ਹੁੰਦਾ ਅਤੇ ਇੱਦਾਂ ਕਹਾਣੀਆਂ ਹੁਣ ਆਪਾਂ ਚੱਲੇ ਹਾਂ ਯਾਰ ਅਸੀਂ ਨਾ ਲੱਭ ਰਹੇ ਡੋਗ ਦੁਬਈ ਦੇ ਵਿੱਚ ਟੂ ਬੀ ਓਨੈਸਟ ਪਪੀ ਅਤੇ ਉਹ ਡੋਗ ਵੀ ਸਾਨੂੰ ਸਾਡੇ ਵਰਗਾ ਹੀ ਚਾਹੀਦਾ ਝੋਟਾ ਹੁਣ ਫੋਟੋਜ਼ ਵੀਡੀਓਜ਼ ਅਸੀਂ ਦੇਖਦੇ ਹਾਂ ਲੇਕਿਨ ਡੀਪਲੀ ਨੌਲੇਜ ਨਹੀਂ ਹੈਗੀ ਸਾਨੂੰ ਅਤੇ ਇੱਕ ਫੋਟੋ ਹੁਣ ਸਾਡੇ ਕੋਲ ਇੱਕ ਡੀਲ ਆਈ ਆ ਅਤੇ ਉਹ ਡੀਲ ਦਾ ਅਸੀਂ ਹੁਣ ਤੁਹਾਨੂੰ ਉਹ ਚੈੱਕ ਕਰਨ ਚੱਲੇ ਹਾਂ ਕਿਸੇ ਨਾਲ ਬਈ ਇਹ ਓਰੀਜਨਲ ਆ ਪਿਓਰ ਆ ਜਾਂ ਕੀ ਆ ਠੀਕ ਆ ਹਾਲੇ ਰਿਵੀਲ ਨਹੀਂ ਕਰਦੇ ਡੋਗ ਦੀ ਫੋਟੋ ਫੋਟੋ ਅਸੀਂ ਕੁਛ ਨਹੀਂ ਹਾਲੇ ਵੀਡੀਓ ਵਗੈਰਾ ਕੁਛ ਨਹੀਂ ਕਰਦੇ ਲੇਕਿਨ ਥੋੜ੍ਹੇ ਟਾਈਮ ਦੇ ਵਿੱਚ ਅਸੀਂ ਸ਼ੋਅ ਕਰਾਂਗੇ ਚੱਲਿਆ ਸੀ ਇਹ ਕੰਮ ਜਾਂਦਾ ਦੋ ਜਣਿਆਂ ਨੂੰ ਜੋੜਨ ਵਾਲਾ ਚੱਲਿਆ ਆਰਾਮ ਨਾਲ ਅਤੇ ਉਹ ਹੈਗਾ ਜ਼ਾਕੀ ਜ਼ਾਕੀ ਬਹੁਤ ਹੀ ਜ਼ਿਆਦਾ ਬੈਡ ਬੋਏ ਆ ਗੁੱਡ ਬੋਏ ਆ ਗੁੱਡ ਬੋਏ ਗੁੱਡ ਬੋਏ ਆ ਇੱਕ ਦਿਨ ਨਾ ਇਹਨਾਂ ਘਣੇ ਯਾਦ ਆ ਗਈ ਜਬਲ ਲਈ ਆਪਾਂ ਖੜੇ ਹੁੰਦੇ ਹਾਂ ਤਾਂ ਉੱਥੇ ਨਾ ਗਸੂਸੀ ਟੈਕਸੀ ਜਿਹੜੀ ਦੂਜੀ ਟੈਕਸੀ ਚੋਰੀ ਵਾਲੀ ਛੋਟੀ ਗੱਡੀ ਹੁੰਦੀ ਛੋਟੀ ਗੱਡੀ ਹੁੰਦੀ ਆ ਤੇ ਟਿੱਡਾ ਸਨੀ ਅਲਟੀਮਾ ਲਾ ਲਾ ਪੁਰਾਣੇ ਮਾਡਲ ਹੈ ਨਾ ਕੋਈ ਵੱਡੀ ਗੱਡੀ ਵਾਲਾ ਤਾਂ ਨੀ ਕੋਈ ਕਰਦਾ ਨਾ ਇੱਕ ਪੰਜਾਬੀ ਚੱਟੇ ਨਾਲ ਰੱਜਿਆ ਹੋਇਆ ਮੇਰਾ ਸ਼ੀਸ਼ਾ ਖੜਾ ਕੇ ਕਹਿੰਦਾ ਖਟਕਾ ਕੇ ਕਹਿੰਦਾ ਜੱਬਲ ਅਲੀ ਕਹਿੰਦਾ ਡੀ ਆਈ ਪੀ ਜਾਣਾ ਵਾ ਤਿੰਨ ਜਾਣੇ ਕਿੰਨੇ ਲਏਗਾ ਮੈਂ ਕਿਹਾ ਤੈਨੂੰ ਗੱਡੀ ਦਾ ਫਰਕ ਨੀ ਦੀਂਦਾ ਬਈ ਕਿਹੜੀ ਗੱਡੀ ਚ ਕੀ ਹੋਣਾ ਗੱਡੀ ਆ ਬਈ ਮੈਂ ਇੱਥੇ ਲਾਉਣ ਨੂੰ ਖੜਾ ਜਾਂ ਪਾਰਕਿੰਗ ਚ ਲਾਉਣ ਨੂੰ ਖੜਾ ਜਾਂ ਤੁਹਾਨੂੰ ਢੋਣ ਨੂੰ ਖੜਾ ਵਾ ਯਾਰ ਕਹਿੰਦਾ ਤੂੰ ਸਿੱਧਾ ਸਿੱਧਾ ਦੱਸ ਕਿੰਨੇ ਰੁਪਏ ਲੈਣੇ ਬਈ ਇਹ ਤਾਂ
ਖੜਿਆ ਨਾ ਜਾਵੇ ਰੱਜਾ ਹੋਇਆ ਐ ਕਰੀ ਜਾਵੇ ਮੈਂ ਕਿਹਾ ਜਾ ਯਾਰ ਤੂੰ ਗਾਲਾ ਦਾ ਖਾ ਲਈ ਅੱਗੇ ਦੇਖ ਲੈ ਮੇਰੇ ਕੋਲ ਪਿੱਛੇ ਖੜੀਆਂ ਗੱਡੀਆਂ ਉਹਨਾਂ ਨੂੰ ਚਲਾ ਜਾ ਬਾਈ ਉਹਨੂੰ ਕੀ ਪਤਾ ਲੱਗਣਾ ਵਿਚਾਰੇ ਨੇ ਜਮਾ ਨੀ ਉਹਨੂੰ ਯਾਰ ਪਤਾ ਸੀ ਸਾਫ ਨਹੀਂ ਸੀ ਬੰਦੇ ਨੂੰ ਚਿੱਟਾ ਤਾਂ ਸਮਝ ਗਏ ਥੋੜਾ ਯਾਰ ਸ਼ੋਪ ਤੇ ਜਾਈਏ ਅਸੀਂ ਫੇਰ ਤੁਹਾਨੂੰ ਰੀਜ਼ਨ ਦੱਸਤਾ ਕਿਉਂ ਚੱਲੇ ਆ ਸ਼ਾਮ ਤੱਕ 10 ਦਰਾਮ ਇਕੱਠੇ ਕਰਨੇ 10 ਦਰਾਮ ਇਕੱਠੇ ਕਰਨੇ 10 ਦਰਾਮ ਨੀ ਦਿੰਦਾ ਯਾਰ 10 ਦਰਾਮ ਇਕੱਠੇ ਹੋ ਗਏ ਨਹੀਂ 10 ਨੀ ਆਹ ਲੈਣੇ ਆ ਭਾਨ ਲੈਣੀ ਆ 1 ਰੁਪਏ ਦਿਨ ਰੱਖ ਦਿੰਦਾ ਚੱਲ ਠੀਕ ਆ ਰੱਖ ਦੇ ਬੜੀ ਮਿਹਰਬਾਨੀ ਹਾਂ ਬੇਟਾ ਵੱਡੀ ਬੱਸ ਆ ਤੈਨੂੰ ਵਧੀਆ ਲੱਗੀ ਆ ਠੀਕ ਇੱਕ ਤੇ ਪਾਰਕਿੰਗ ਸਿੱਧੀ ਪਾ ਲੈ ਕਰ ਲੋਡ ਪੈਂਦੀ ਚਲੋ ਠੀਕ ਚਲੋ ਜੀ ਮਿਲਦੇ ਫਿਰ ਆਪਾਂ ਉੱਥੇ ਆ ਕੇ ਬਾਬਾਸ